ਆ ਮਿਲੋ ਇਹਨਾਂ ਨਾਲ 2024 ਦੀ ਸਭ ਤੋਂ ਵੱਡੀ ਚਪਲ। ਹੈਪੀ ਨਿਊ ਇਅਰ ਮੇਰੇ ਵੱਲੋਂ। 10 ਤਰੀਕ ਹੋ ਗਈ ਅੱਜ 10 ਤਰੀਕ। ਪਾ ਪਤਾ ਜੀ ਮਿਲੇ ਆ। ਦੰਦ ਦੌਲਤ ਮਾਇਆ ਕੱਢਣ ਲੱਗਾ ਸੀ ਕੱਢ ਉਹ ਭਰਾ ਫੋਨ ਵਿੱਚ ਗੂਗਲ ਪੇ ਆਨਲਾਈਨ ਪੇਮੈਂਟ ਨੈਟ ਬੈਂਕਿੰਗ ਬਰੋ। ਲਓ ਮਿੱਤਰੋ ਤੁਹਾਡਾ ਨਵੇਂ ਚਲਚਿੱਤਰ ਜੀ ਤੁਹਾਡਾ ਸਵਾਗਤ ਆ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਅੱਜ ਬਹੁਤ ਦਿਨ ਬਾਅਦ ਸਾਡਾ ਸਾਨੂੰ ਜਾਗ ਆ ਗਈ, ਹੋਸ਼ ਆ ਗਈ, ਸਾਨੂੰ ਨਵਾਂ ਸਾਲ ਚੜਿਆ ਵਾ। ਆਈ ਗਿਆ ਚੱਲ ਵਲੌਗ ਬਣਾ। ਸਾਨੂੰ ਕਾਲਜ 'ਚ ਕੋਈ ਕੰਮ ਤਾਂ ਨਹੀਂ, ਪਰ ਫਿਰ ਵੀ ਅਸੀਂ ਠੰਡ 'ਚ ਮੂੰਹ ਚੱਕ ਕੇ ਆ ਗਏ ਹਾਂ ਕਾਲਜ। ਜਿੰਨਾ ਚਿਰ ਸਾਡਾ ਇੱਕ ਬੰਦਾ ਹੋਰ ਆਉਂਦਾ ਉਨਾ ਚਿਰ ਅਸੀਂ ਚੱਲ ਮਾੜਾ ਜਿਹਾ ਬਾਜ਼ਾਰ ਘੁੰਮ ਆਉਂਦੇ ਹਾਂ ਥੋੜ੍ਹਾ ਜਿਹਾ, ਅਤੇ ਸਮਾਨ ਦੇਖ ਆਈ ਥੋੜ੍ਹਾ ਜਿਹਾ। ਨਿਗਾਹ ਮਾਰ ਲਈਏ ਫਿਰ ਜਾ ਕੇ ਲੈ ਕੇ ਜਾਵਾਂਗੇ ਖਰੀਦ ਕੇ। ਹਾਂਜੀ ਏਦਾਂ 500 ਦੀਆਂ ਜਰਾਬਾਂ ਲਿਆ ਰੇੜੀ ਤੇ ਰੱਖ ਗੇੜਾ ਮਾਰ ਕੇ ਆਈ ਬਹੁਤ ਮਾੜੀ ਹੋਈ ਸੀ ਸਾਡਾ ਜਦੋਂ ਲਾਸਟ ਪੇਪਰ ਸੀ ਨਾ, ਉਦੋਂ ਬਲੌਗ ਤਾਂ ਨਹੀਂ ਬਣਾਇਆ ਸੀ ਆਪਾਂ, ਸਾਹਿਲ ਦਾ ਫੋਨ ਚੋਰੀ ਹੋ ਗਿਆ ਸੀ। ਫਿਰ ਸਾਹਿਲ ਨੂੰ ਬਹੁਤ ਜ਼ਿਆਦਾ ਸਮਝਾ ਸਮਝੂ ਕੇ ਅਸੀਂ ਬਹੁਤ ਪਤੇ ਆਪ ਤੇ ਹੋ ਕੇ, ਉਹ 'ਚ ਪੈਸੇ ਬਹੁਤ ਸੀ ਯਾਰ, ਫੋਨ ਦਾ ਬਾਹਲਾ ਕੋਈ ਚੱਕਰ ਨਹੀਂ, ਉਹ 'ਚ ਪੈਸੇ ਬਹੁਤ ਸੀ ਉਹ 'ਚ ਫੋਨ 'ਚ, ਕਿੱਥੇ ਰੱਖੇ ਸੀ, ਵਟਸਐਪ 'ਚ, ਅੱਧੇ ਕੁ ਸਨੈਪਚੈਟ 'ਚ ਸੀਗੇ। ਅਤੇ ਹੁਣ ਸਾਹਿਲ ਹੋਣੀ ਓ ਮਾਈ ਗੋਡ ਗੂਗਲ ਪੇ ਨੈਟ ਬੈਂਕਿੰਗ ਪਾਸਪੋਰਟ ਨਹੀਂ ਦਿਖਾਉਣਾ, ਨਹੀਂ ਦਿਖਾਇਆ, ਕਿੱਥੇ ਲੈ 150 ਰੁਪਇਆ। ਓ ਮਾਈ ਅਮੀਰੀ 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 ਚੈੱਕ ਕਰੋ, ਅੱਜ ਪਾਰਟੀ ਜਸ਼ਨ ਹੋਗਾ, ਜਸ਼ਨ ਹੋਗਾ, ਜਸ਼ਨ ਦਾ ਇੰਤਜ਼ਾਮ ਹੋ। ਸਾਹਿਲ ਨੇ ਸੈਂਟ ਲੈਣਾ ਸੀ, ਪਹਿਲਾਂ ਹੀ ਬੁਲਾਉਣਾ, ਉਹਦੇ ਉਧਰ ਨੂੰ ਲਾਂਗੇ ਜ਼ਿਆਦਾ ਅੱਗੇ ਲਾਂਗੇ, ਹੁਣ ਇੱਧਰ ਨੂੰ ਲੱਗੇ ਇੱਧਰ ਨੂੰ ਜ਼ਿਆਦਾ ਗਾਹ ਲਾਂਗੇ, ਦੁਕਾਨ ਵਿੱਚ ਚਾਹੀ ਬੜਾ ਆ ਪੈਸਿਆਂ ਦਾ, ਚਾਹੀ ਪਊ ਅੱਜ ਖਾਤੇ 'ਚ ਫਿਰ ਅੱਗੇ ਲਾਂਗੇ ਨਹੀਂ ਆ। ਸੈਂਟ ਲੈਣ ਲੱਗੇ, ਨਹਾਉਣਾ ਧੋਣਾ ਤਾਂ ਹੈ ਨਹੀਂ ਸਿਆਣਾ 'ਚ, ਨਹਾਉਣ ਦਾ ਪ੍ਰੋਗਰਾਮ ਤਾਂ ਬਣਦਾ ਨਹੀਂ, ਸੈਂਟ ਹੀ ਲੈਣਾ ਪੈਣਾ ਤੋ ਕਹਿ। ਹੋਰ ਕਿਹੜੇ ਕਿਹੜੇ ਆ ਭਾਈ ਸੈਂਟ ਨੂੰ, ਉਹ ਤਾਂ ਫਿਰ ਲੱਗਣਾ ਨਹਾਉਣਾ ਨਾ ਪਵੇ, ਵਧੀਆ ਆ ਜਾਣੀ ਸਮੈਲ ਮਿਲ ਗਿਆ ਮਰਿਆਦਾ ਮੇ ਰਹੀਏ, ਮਰਿਆਦਾ ਮੇ ਰਹੀਏ। ਕਾਕਾ ਕਿੱਥੇ ਚੱਲਾ ਸੀ? ਰੁਕੋ
ਜਿੱਦਾਂ ਕਿੱਦਾਂ ਕਿ ਨਾ ਬਾਹਰ ਠੰਡ ਬਹੁਤ ਸੀ ਅਸੀਂ ਨਾ ਫਿਰ ਅੰਦਰ ਵਿਸ਼ਾਲ ਮੈਗਾ ਮਾਰਟ ਨੈਗ ਮਾਰਨ ਆ ਗਏ ਫਿਰ ਅਸੀਂ ਅੰਦਰ ਅੰਦਰ ਜਿੱਦਾਂ ਕਿੱਦਾਂ ਕਿ ਨਿੱਘਾ ਆ ਜਿੱਦਾਂ ਕਿੱਦਾਂ ਕਿ ਗਰਮ ਆ ਗਰਮ ਆ ਜਿੱਦਾਂ ਕਿੱਦਾਂ ਕਿ ਨਾਈਸ ਆ ਨੇਚਰ ਜਿਹੜਾ ਆ ਨੇਚਰ ਅੰਦਰ ਅੰਦਰ ਜਿਹੜਾ ਅੰਦਰ ਜਿਹੜੀ ਸਰਾਊਂਡਿੰਗ ਆ ਨਾ ਜਿੱਦਾਂ ਕਿੱਦਾਂ ਕਿ ਗੁੱਡ ਆ ਸਾਨੂੰ ਟੌਪ ਕਰਦੀ ਆ ਇਹਨਾਂ ਕੋਲ ਜ਼ਿਆਦਾ ਟੌਪ ਕਰਦੀ ਆ ਅਸੀਂ ਇਹਨੂੰ ਕੰਮ ਤੇ ਲਵਾਉਣਾ ਆ ਭਾਈ ਹੈਗੀ ਆ ਵੈਕੈਂਸੀ ਦਾ ਬੰਦਾ ਰਖਾਉਣਾ ਚਿਕੜ ਕਰੀ ਜਾਂਦੇ ਆ ਚਿੱਕੜ ਕਰਤਾ ਸਾਰਾ ਦੇਖੀ ਗੂੰ ਕਰਤਾ ਪਹਿਲਾਂ ਏਦਾਂ ਇਹਨਾਂ ਦਾ ਆਹ ਕੀ ਕਰਨ ਬੂਟ ਦੇਖਣ ਨੂੰ ਸੋਹਣੇ ਲੱਗ ਰਹੇ ਆ ਤੁਸੀਂ ਆਪ ਦੇਖ ਸਕਦੇ ਹੋ ਇੱਥੇ ਕਿੰਨੀ ਗਰਮੀ ਆ ਭੁੱਖੇ ਲੈ ਜਾ ਸੁੱਕ ਲੈਣ ਤੇ ਪੋਚਾ ਲਾਇਆ ਨਹੀਂ ਤਾਂ ਸਾਰੇ ਨੇ ਉਹ ਪੀਲੀ ਕਮੀਜ਼ ਢੰਗੀ ਜਿਹੜੀ ਉਹ ਲੈ ਜਾਣ ਤੁਹਾਨੂੰ ਪਤਾ ਹੀ ਆ ਫੇਵਰੇਟ ਰੰਗ ਪੀਲਾ ਆ ਮੇਰੀ ਗੱਲ ਸੁਣ ਮੇਰੇ ਅਕਾਊਂਟ 400 ਰੁਪਇਆ ਸੀਗਾ ਵਿਚੋਂ 140 ਖਰਚ ਲਏ ਆ ਇਹ ਕੱਲਾ ਹੀ ਕਿੰਨੇ ਦਾ ਆ 1100 ਇਹ ਕੱਲਾ ਹੀ 1000 ਦਾ ਮੈਂ ਘਟਿਆ ਨਾ ਪੁੱਤ ਨਾ ਕੱਚੀ ਖਨੀ ਪ੍ਰੀਮੀਅਮ ਆ ਨਾਈਸ ਆ ਐਵਰੇਜ ਵੀ ਬਹੁਤ ਮਾਮਾ ਚੱਲੂਗਾ ਤਾਂ ਐਵਰੇਜ ਕੱਢੂਗਾ ਐਵਰੇਜ ਦੇਣੀ ਆ ਖੜੇ ਬਾਕੀ ਹੁਣ ਹਾਲਾਤ ਜਿੱਦਾਂ ਕਿ ਮੇਰਾ ਸਾਥ ਨਹੀਂ ਦੇ ਰਹੇ ਆ ਤਾਂ ਕਰਕੇ ਮੈਂ ਰਹਿਣ ਦਿੰਦਾ ਹਾਂ ਫਰੀ ਦਾ ਖਾਣਾ ਹੁੰਦਾ ਉਹਨੇ ਚਿਰ ਕੋਈ ਝੰਜਨਾਹਟ ਨੀ ਹੁੰਦੀ ਜਦੋਂ ਨਾ ਆਪਣੇ ਖਰਚੇ ਪੈ ਜਾਣ ਝੰਜਨਾਹਟ ਕੀ ਉਸਦਾ ਮੌਤ ਬਹੁਤ ਪੈ ਜਾਂਦੀ ਉਹ ਪਰੇ ਪਏ ਆ ਜੇ ਆਪਾਂ ਨੂੰ ਇੱਥੇ ਸਸਤਾ ਕੰਮ ਲੱਗਦਾ ਹੋਇਆ ਨਾ ਤਾਂ ਮੋੜ ਕੇ ਆਉਣਾ ਫਿਰ ਉਹ ਸਵੇਰੇ ਸਵੇਰੇ ਮੋੜੂਗਾ ਕਿਹੜੇ ਮੂੰਹ ਨਾਲ ਮੋੜੂਗਾ ਸਵੇਰੇ ਸਵੇਰੇ ਮੈਂ ਫਿਰ ਸਰਫ ਲੈ ਆਹ ਕਿਹੜਾ ਫੇਸ ਵਾਸ਼ ਉਹ ਸਾਡਾ ਫੇਸ ਵਾਸ਼ ਹੀ ਆ ਆਹ ਕਿਹੜਾ ਫੇਸ ਵਾਸ਼ ਤੇ ਨਹੀਂ ਲੈਣਾ ਆਊਟਸ਼ਾਈਨ ਮਾੜੀ ਮੋਟੀ ਚੀਜ਼ ਨਹੀਂ ਅਸੀਂ ਲਈਦੀ ਹੈਗੀ ਇਦਾਂ ਦੀ ਸਾਰਾ ਇਕੱਠਾ ਲੈ ਨਹੀਂ ਲੱਭਾ ਜਾਂ ਨਹੀਂ ਦੇਖ ਦੇਖ ਹੈ ਲੱਭਣ ਕਦੇ ਜਾਣੇ ਅੱਛਾ ਹੈਂਡ ਵਾਸ਼ ਆਹ ਫੇਸ ਵਾਸ਼ ਸੋਫਟ ਐਂਡ ਫਰੈਸ਼ ਇਹਦਾ ਮੈਨੂੰ ਉਹ ਲੱਗਿਆ ਜਾਂਦਾ ਜਿਹੜਾ ਉਹ ਨੀ ਏਦਾਂ ਕੱਢ ਕੇ ਭੂੰਬੜੇ ਚ ਫਲਾਉਂਦੇ ਹੁੰਦੇ ਆਹ ਲੈ ਲਾ ਸੰਤੂਰ ਇਹ ਵੀ ਸ਼ੈਂਪੂ ਆ ਸਾਰੇ ਹੈਂਡ ਵਾਸ਼ ਆ ਫੇਸ ਵਾਸ਼ ਕਿੱਥੇ ਆਹ ਤੇ ਫੇਸ ਵਾਸ਼ ਬਹੁਤ ਹੀ ਮੁਸ਼ਕਲ ਤੋਂ ਬਾਅਦ ਸਾਈਨ ਫੇਸ ਵਾਸ਼ ਲੱਭ ਗਿਆ ਮੂੰਹ ਤਾਂ ਇਹੀ ਰਹਿਣਾ ਯਾਰ ਫੇਸ ਵਾਸ਼ ਦਾ ਧੋਲਾ ਚਾਹੇ ਜਿੰਨਾ ਮਰਜ਼ੀ ਧੋਲਾ ਮੂੰਹ ਤਾਂ ਇਹੀ ਰਹਿਣਾ ਤੇਰਾ ਇੱਧਰ ਕਰੀ ਮਾੜਾ ਜਿਹਾ ਕੇ ਬਿਊਟੀ ਕੌਨਸ਼ੀਅਸ ਥੱਪੜ ਮਾਰੇ ਤੇ ਫੇਸ ਫੂਸ ਇੱਥੇ ਡਿੱਗ ਜਾਵੇ
ਇੱਦਾਂ ਇੱਥੇ ਬਹਿ ਕੇ ਇੱਦਾਂ ਲੱਭ ਇੱਥੇ ਬਹਿ ਕੇ ਪੁੱਛ ਲੈ ਇੱਥੇ ਆ ਲੈ ਯਾਰ ਦੁਬਾਰਾ ਗਈ ਗਈ ਉੱਚੀ ਦੁਕਾਨ ਫੀਕੇ ਪਕਵਾਨ ਨਹੀਂ ਉਸ ਤੋਂ ਪਹਿਲਾਂ ਕੀ ਕਿਹਾ ਸੀ ਨਹੀਂ ਮੈਂ ਨਹੀਂ ਲੈਣਾ ਮੈਨੂੰ ਪਹਿਲੀ ਪਤਾ ਸੀ ਤੂੰ ਕੁਛ ਨਹੀਂ ਲੈਣਾ ਤੂੰ ਬਾਹਰ ਚੱਲ ਰੌਲਾ ਪਰਫਿਊਮ ਦੇ ਦੇ ਤੂੰ ਬਾਹਰ ਚੱਲ ਕੁਛ ਨਹੀਂ ਲੈਣਾ ਤੂੰ ਆ ਜਾ ਅਸੀਂ ਬਹੁਤ ਕੀਤੀ ਆ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਇਹੋ ਜਿਹੀਆਂ ਚੀਜ਼ਾਂ ਖਰੀਦੀਆਂ ਨਾ ਇਹ ਤੁਹਾਨੂੰ ਦਿਖਾ ਨਹੀਂ ਸਕਦਾ ਸਾਈਲ ਸ਼ਾਪਿੰਗ ਬਹੁਤ ਮਹਿੰਗੀ ਕੀਤੀ ਆ ਬੋਲਦਾ ਟੌਕ ਕਰਦਾ ਆ ਬ੍ਰੈਂਪਟਨ ਵਾਲਿਓ ਟੌਕ ਕਰਦਾ ਆ ਚਲੋ ਡਰਾਈਵਰ ਗੱਡੀ ਗੱਲ ਰੱਖਿਆ ਮੈਂ ਉਧਰ ਖੜਾ ਮੈਂ ਉੱਥੇ ਖੜਾ ਮੈਂ ਕਿਹਾ ਸਾਈਲ ਮੋਟਰਸਾਈਕਲ ਲੈ ਕੇ ਆਉਂਦਾ ਇੱਥੇ ਖੜਾ ਇਦਾਂ ਕਰਿਆ ਮੈਨੂੰ ਚਾਬੀ ਤੇਰੇ ਕੋਲ ਡਰਾਈਵਰ ਲੈ ਖੜ ਮਰਸਡੀ ਚਾਬੀ ਛੇਤੀ ਕੱਢ ਗਏ ਆ ਠੰਡ ਬਹੁਤ ਆਉਂਦੀ ਮੈਨੂੰ ਮੈਂ ਵਿੱਚ ਬਹਿਣਾ ਹੀਟਰ ਲਾ ਕੇ ਗਰਮ ਕਰ ਇਹ ਜੇ ਟੂ ਟੂ ਖਾਣ ਲੱਗ ਗਈ ਤੇ ਚੁੱਪ ਜੀ ਕਰਾਉਣੀ ਕਿਸੇ ਕੋਈ ਨਾ ਯਾਰ ਗੱਡੀ ਲੈ ਲੈਣੀ ਆਪਾਂ ਮਰਿਆਦਾ ਮੇ ਰਹੀਏ ਮਰਿਆਦਾ ਮੇ ਰਹੀਏ ਮਰਿਆਦਾ ਮੇ ਰਹੀਏ ਗਾਲੀ ਦਿੱਤਾ ਹੈ ਗਾਲੀ ਦਿੱਤਾ ਬੜਵਾ ਆ ਕੀ ਕਰੀ ਜਾਣਾ ਝੂਟੇ ਲਈ ਜਾਣੇ ਏਦਾਂ ਆਪਾਂ ਚੱਲ ਇਹਦਾ ਨਾ ਛੋਟਾ ਸਟੈਂਡ ਟੁੱਟਾ ਆ ਤੁਹਾਨੂੰ ਕੀ ਦੱਸੀਏ ਹੁਣ ਅਮੀਰੀ ਆ ਅਮੀਰੀ ਆ ਜੋ ਚੀਜ਼ ਟੁੱਟ ਗਈ ਪਵਾਈਦੀ ਨਹੀਂ ਹੈਗੀ ਨਵਾਂ ਸਿੱਧਾ ਮੋਟਰ ਸਿੱਧਾ ਨਵਾਂ ਮੋਟਰ ਤਾਂ ਲਈਦਾ ਹਲੇ ਨਵਾਂ ਲੈਣ ਜੋਗੇ ਹੋਣੀ ਤਾਂ ਕਰਕੇ ਸਵੇਰੇ ਸਵੇਰੇ ਨੁਕਸਾਨ ਕਰਾ ਲਿਆ ਬੰਦੇ ਨੇ ਆਪਣਾ ਸ਼ਿਟ ਮੈਂ ਨਹੀਂ ਨਹੀਂ ਤੁਹਾਡੇ ਨਹੀਂ ਵੱਜੀ ਭਾਜੀ ਉਹ ਮਗਰ ਵੱਜੀ ਆ ਤੁਹਾਡੇ ਨਹੀਂ ਵੱਜੀ ਭਾਜੀ ਆਪੇ ਦੇਖੇ ਜਾਂਦਾ 150 ਦੇ ਗੱਡੀ ਖੜੀ ਆਪਣੀ ਗੱਡੀ ਚੈੱਕ ਕਰੀ ਜਾਂਦਾ ਡਰਮ ਗਾ ਕੋਈ ਡਰਮ ਸਾਰੇ ਡਰ ਗਿਆ ਬੋਰਡਰ ਲੱਗਾ ਹੀ ਬੋਰਡ ਸਰ ਮਗਰ ਚੱਲ ਬਰਾ ਕੁਛ ਨਹੀਂ ਹੈ ਕੁਛ ਨਹੀਂ ਹੈ ਕਾਰੀ ਆ ਕਾਰੀ ਆ ਕਾਰੀ ਨਹੀਂ ਕੁਛ ਨਹੀਂ ਹੈ ਪੋਲੂਸ਼ਨ ਸਾਰਾ ਨਿਕਲਦਾ ਇੱਥੋਂ ਆ ਕਿਉਂ ਸਾਈਲ ਬੰਦ ਕਰਾਓ ਚੱਲ ਬੰਦ ਕਰਾ ਕੇ ਆਈਏ ਚੱਲ ਮੈਂ ਜਾਣਾ ਹੀ ਪੈਣਾ ਮੈਨੂੰ ਜਾਣਾ ਹੀ ਪੈਣਾ ਹੋ ਜਾਏਗਾ ਜਾਣਾ ਹੀ ਪੈਣਾ ਬਹੁਤ ਫਗਵਾੜੀ ਗੰਦ ਪਾਇਆ ਉਹਨਾਂ ਨੇ ਪੈਸੇ ਵੀ ਦਿੰਦੇ ਲੋਕਾਂ ਦੇ ਦੇਖੀ ਧਰਨਾ ਲੱਗਣ ਵਾਲਾ ਹੀ ਆ ਹੋਰ ਥੋੜੇ ਜਿਹੇ ਨੂੰ ਲੰਗਰ ਲੰਗਰ ਆਪਾਂ ਨੂੰ ਲੰਗਰ ਫਰੀ ਦਾ ਚਾਹ ਚੂ ਆਪਾਂ ਨੂੰ ਸਵੇਰੇ ਭੁਜਿਆ ਬਦਾਨਾ ਨਾਲ ਚਾਹ ਅੱਖਾਂ 'ਚ ਬਹੁਤ ਪੈਂਦਾ ਛੇਤੀ ਕੱਢ ਦਾ ਮੋਟਰਸਾਈਕਲ ਦੇਖਦੇ ਨਾਮੀ ਮੋਟਰਸਾਈਕਲ ਆ ਕਬੂਤਰ ਬਾਈ ਦਾ ਮੁਕਾਬਲਾ ਪਹਿਲਾ ਏਦਾਂ ਦੇ ਕਬੂਤਰ ਉੜਦੇ ਹੁੰਦੇ ਵਿੱਚ ਆਹ ਗਲਤ ਗੱਲ ਸਾਈ ਮੈਂ 100 ਦਾ ਗਿਆ ਸੀ ਮੈਂ ਤੈਨੂੰ ਪੈਸੇ ਦੇਣ ਨੂੰ ਕਿਹਾ ਸੀ ਮੈਂ ਤੈਨੂੰ ਪੈਸੇ ਦੇਣ ਨੂੰ ਗਿਆ ਸੀ ਪੈਸੇ ਮੈਂ ਆਪ ਹੀ ਦੇ ਦੇਣੇ ਸੀ ਅੱਛਾ ਪੈਸੇ ਚੱਲ ਫਿਰ 100 ਦਾ ਪਵਾ ਲਾ ਕੋਈ ਥੱਪੜ ਮਾਰੇ ਮੂੰਹ ਤੇ ਦੇਖਿਆ ਮੈਂ ਕਿਹਾ ਨਾ ਕਬੂਤਰ ਆ ਕਬੂਤਰ ਚੱਲ ਦੇ ਹੁਣ ਪੈਸੇ ਤੂੰ ਪਾਇਆ ਨਾ 50 ਦਾ ਸੈਮਸੰਗ ਨਾ ਐਸ 22 ਅਲਟਰਾ ਪ੍ਰੋ ਮੈਕਸ ਜਿਹੜਾ ਜ਼ੂਮ ਕਰਕੇ ਹੋ ਜਾਣਾ ਆ ਵੀ ਮਿੱਤਰੋ ਇਹ ਖੋਰ ਚਵਲ ਕਾਬੂ ਕਰ ਲਈ ਆ ਅੱਖ ਲਾ ਲੈ ਇਹ ਕਿਸ ਚੀਜ਼ ਦਾ ਕਮਾਲ ਹੈ ਚਲੋ ਜੀ ਹੁਣ ਯਾਰ ਹੁਣ ਗੱਬੇ ਬਹਿ ਗਏ ਥੋੜਾ ਨੈਗ ਜਿਹਾ ਲੱਗੂਗਾ ਮਰਿਆਦਾ ਵੀ ਰਹੀਏ ਮਰਿਆਦਾ ਵੀ ਰਹੀਏ ਇਹਨੂੰ ਮੈਨੂੰ ਮੈਂ ਕਿਹਾ ਸੀ ਮੈਂ ਕਿਹਾ 10 ਵਜੇ ਮੈਂ ਆਊਂਗਾ ਤੇ ਨਿੱਤਰ ਮੈਂ ਜਾਂਦਾ ਹੋਇਆ ਲੈ ਜਾਊਂਗਾ ਹੁਣ ਇਹਨੂੰ ਸਪੈਸ਼ਲ ਉੱਥੋਂ ਵਾਪਸ ਲੈਣ ਆਇਆ ਕੀ ਅਲਫਾਜ਼ ਤੇਤੋਂ ਕੀ ਅਲਫਾਜ਼ ਆ ਕਹਿਣ ਨੂੰ ਕੁਛ ਨਹੀਂ ਮੈਂ ਨੀਂਦ 'ਚ ਡਿੱਗ ਗਿਆ ਸੀਗਾ ਮੈਂ ਸੁੱਤਾ ਹੀ ਰਹਿ ਗਿਆ ਹੁਣ ਅਸੀਂ ਸਿੱਧਾ ਕਾਲਜ ਜਾਣਾ ਹੁਣ ਨੋ ਮੋਰ ਫਿਰਨਾ ਓਕੇ ਆਲਰਾਈਟ ਉਹ ਬਸੂ ਨੂੰ ਮੈਂ ਫੋਨ ਕਰੀ ਯਾਰ ਨਾਲੇ ਫੋਨ ਕਰ ਦੇਗਾ ਉਹ ਤਾਂ ਵਾਰੀ ਮੁੜ ਕੇ ਉਹਨੂੰ ਪਤਾ ਹੀ ਚਾਰ ਵਾਰੀ ਪਸੂ ਕਿ ਉਹਨੇ ਸਾਰੇ ਨੇ ਫੋਨ ਹੀ ਨਹੀਂ ਕੀਤਾ ਮੁੜ ਕੇ ਯਾਰ ਤੂੰ ਨਾ ਗਿਆ ਘਰ ਯਾਰ ਉਹਨੂੰ ਚੱਲ
ਯਾਰ ਫੇਰ ਵੀ ਬੇਜਵਾਨਿਆਂ ਦਾ ਤਾਂ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਨਾ ਉਡਾਇਆ ਕਰ ਫੇ, ਬੇਜਵਾਨਾ ਨਹੀਂ ਆ ਉਹ, ਤੇਰੇ ਤੇਰੇ ਜਿੱਡੀ ਉਹਦੀ ਜਵਾਨ ਆ, ਲਪਣਾ ਲਪਣਾ ਕਰਦਾ ਰਹਿੰਦਾ ਭਾਈ, ਗੁੱਸਾ ਨਹੀਂ ਕਰਨਾ ਭਰਾ ਭਾਈ, ਗੁੱਸਾ ਨਹੀਂ, ਗੁੱਸਾ ਕਿਲਾ ਕਰਨਾ ਹੀ ਨਹੀਂ, ਜੇ ਕੋਈ ਗੱਲਬਾਤ ਹੈਗੀ ਸਾਡੇ ਨਾਲ ਬਹਿ ਕੇ ਸਾਂਝੀ ਕਰ ਲਿਓ, ਮੈਨ ਟੂ ਮੈਨ ਗੱਲ ਕਰ, ਮੈਨ ਟੂ ਫੇਸ ਹੁੰਦਾ ਹੈ, ਮੈਨ ਟੂ ਮੈਨ ਗੱਲ ਕਰ, ਬੰਦਾ ਤਾਂ ਬੰਦਾ ਗੱਲ ਕਰਦਾ, ਚਲੋ ਚੰਗਾ ਹੈ ਗਾਇਸ, ਚੰਗਾ ਧਰਨਾ ਲੱਗਣਾ ਨਾ ਯਾਰ, ਜਿਹਦੇ ਨਾਲ ਪੈਸੇ ਨਹੀਂ ਦੇਣੇ ਇਹਨਾਂ ਨੇ, ਜਦੋਂ ਇਹਨਾਂ ਨੇ ਫੇਰ ਤੁਸੀਂ ਧਰਨਾ ਲੱਗਣਾ, ਫਿਰ ਚਾਹ ਲੰਗਰ ਖੁੱਲ੍ਹਾ ਚੱਲਣਾ ਯਾਰ, ਹੁਣ ਘਰੋਂ ਰੋਟੀ ਲੈ ਗਿਆ ਕਰ, ਲੰਗਰ ਖਾਣਾ ਫਿਰ, ਆਪਾਂ ਕਾਲਜ ਚੱਲੇ ਦੇ ਹੈਗੇ ਜਿੱਥੇ ਨਾ ਕੋਈ ਹੋਇਆ, ਫੇਰ ਅਸੀਂ ਕਾਲਜ ਪਹੁੰਚ ਚੁੱਕੇ ਆ ਤੇ ਸਾਹਿਲ ਤੋਂ ਸਟੈਂਡ ਨੀ ਲਾਦਾ ਪਿਆ, ਜਿੱਦਾਂ ਕਦੇ ਤੁਹਾਨੂੰ ਪਤਾ ਹੀ ਹੈ ਵੱਡੇ ਲਵਾਏ ਆ, ਚੱਲ ਸਾਹਿਲ ਲੱਗ ਗਿਆ ਲੱਗ ਗਿਆ, ਜਿੱਥੇ ਮਰਜੀ ਬੁੱਲ ਖੋਲ ਦਿੰਦਾ ਤੂੰ, ਜਿੱਥੇ ਮਰਜੀ ਬੁੱਲ ਖੋਲ ਦਿੰਦਾ ਤੂੰ, ਕਾਲਜ ਅਸੀਂ ਪਹੁੰਚ ਗਏ, ਮੈਨੂੰ ਹੁਣ ਸਮਝ ਆਉਂਦੀ ਕੀ ਕਰੀਏ, ਕਿਉਂ ਲੱਗ ਪਈਆਂ ਦੇਖੇ ਮੈਨੂੰ ਪਹਿਲੀ ਪਤਾ ਹੀ ਮਾਡਰਨ ਵਾਲੀ ਬੁੱਕਾਂ, ਵੀਰੇ ਸਾਡਾ ਇਹ ਤੁਹਾਨੂੰ ਪਤਾ ਤੇਰਾ ਏਡੇ ਤੇਰੇ ਵਾਲਾ ਬੋਝ ਦਿਮਾਗ ਤੇਰਾ, ਸੋਚਣ ਜੋਗਾ ਹੈਗੀ ਜਗ੍ਹਾ ਹੈਗੀ ਤੇਰੀ, ਇੱਧਰ ਆ ਕਿੱਧਰ ਚੱਲਣਾ, ਲਾਜਪਤ ਰੱਖ ਹੀ ਲਵੇ ਸਾਹਿਲ, ਬਾਲਾ ਗੁਰਾ ਆਉਂਦੇ ਆ ਯਾਰ, ਅਸੀਂ ਤਾਂ ਅਸੀਂ ਤਾਂ ਦੀਦੇ ਨੀ ਲੈਟ ਚੱਕਣੀ ਪੈਂਦੀ ਹੈ ਇੱਦਾਂ, ਹੁਣੇ ਹੁਣ ਸਾਨੂੰ ਗਣਵੇਂ ਚੁਣਵੇਂ ਸਰ ਮਿਲੇ, ਅਸੀਂ ਉਹਨੂੰ ਕਹੇ ਜਾ ਕੇ ਗੁੱਡ ਮਾਰਨਿੰਗ ਕਰਦੇ ਹਾਂ, ਸਾਰੇ ਖੁਸ਼ ਹੋਣਗੇ ਵੀ ਅਸੀਂ ਪਹਿਲੇ ਦਿਨ ਆਏ ਹਾਂ, ਉਹ ਕਹਿੰਦੇ ਭਰਾਵਾ ਤੁਸੀਂ ਕਰਨਾ ਹੈ ਬਾਅਦ 'ਚ ਆਉਣਾ ਸੀ ਤੁਸੀਂ, ਕਹਿੰਦੇ ਲੋਹੜੀ ਮਨਾ ਕੇ ਆਇਓ, ਅਸੀਂ ਸੋਚਿਆ ਸੀ ਲੋਹੜੀ ਹੁੰਦੀ ਹੈ, ਅਸੀਂ ਤਾਂ ਸੋਚਿਆ ਸੀ ਸਾਨੂੰ ਐਪਰੀਸ਼ੀਏਟ ਕਰਨਾ ਕਿ ਵਾਹ ਬੜੇ ਹੁਸ਼ਿਆਰ ਮੁੰਡੇ ਆ, ਪਹਿਲੇ ਦਿਨ ਆਏ ਆ, ਅੱਜ ਪਹਿਲੇ ਦਿਨ ਕਾਲਜ ਲੱਗਾ ਪੇਪਰਾਂ ਤੋਂ ਬਾਅਦ, ਇੰਨੀ ਦੂਰੋਂ ਅਸੀਂ ਕਾਲਜ ਸਿਰਫ ਰੋਟੀ ਖਾਣ ਆਏ ਹਾਂ, ਕੀ ਰੋਟੀ ਠੰਡੀ ਆ, ਚੈੱਕ ਕਰ ਰੋਟੀ ਠੰਡੀ ਆ, ਨਹੀਂ ਨਹੀਂ ਰੋਟੀ ਠੰਡੀ ਆ, ਹੁਣ ਉਹ ਲਾਈਏ ਪੈਸਾ ਜਿਹੜਾ ਥੱਲੇ ਘੁੱਗੂ ਜੇ ਲੱਗਣ ਦੇ ਗਰਮ ਕਰਨ ਵਾਲੇ, ਅੱਗ ਬਾਲ ਦੇ ਨਾਲੋਂ ਨਾਲ ਉਹ ਲੈ ਕੇ ਆਇਆ ਕਰ ਨਾਲ ਪਤੀਲਾ ਜਿਹਾ ਚੱਕ ਕੇ, ਇਹਨੂੰ ਤੈਨੂੰ ਗਰਮ ਰੋਟੀ ਖਵਾਈ ਇਹਨੂੰ ਪਤੰਦਰ, ਨਹੀਂ ਨਹੀਂ ਨਾ ਯਾਰ ਤੈਨੂੰ ਕਿਹਾ ਠੰਡ ਲੱਗਦੀ ਹੈ ਏਦਾਂ, ਕੱਲ ਮੈਂ ਬਰਫ਼ ਦੇ ਕਿਊਬ ਲੈ ਕੇ ਆਊਗਾ, ਕੀ ਬੰਦਾ ਕਿ ਪਜਾਮਾ ਕਮੀਜ਼ ਝੱਗਾ ਆਪਣੇ ਬੁੜੇ ਦਾ ਪਾ ਕੇ ਆਇਆ, ਗਾਇਸ ਤੁਸੀਂ ਕਮੈਂਟ ਕਰਕੇ ਦੱਸੋ ਕਿੱਦਾਂ ਕਿੱਦਾਂ ਕੀ ਇਹਦੇ ਡੈਡੀ ਦੀ ਲਾਦੀ ਹੈ ਨਾ, ਇਹ ਪਿੱਛੇ ਹੋ ਮਾੜਾ ਜਿਹਾ ਪਿੱਛੇ ਹੋ, ਆਹ ਲਾ ਆਹ ਲਾ ਬੈਗ ਲਾ, ਛੱਡਦੇ ਹੁਣ ਭਰਾਓ ਦਾ ਬੈਗ ਚੱਕਿਆ, ਬੈਗ ਵੀ ਡੈਡੀ ਦਾ, ਉਹ ਸੋਰੀ ਬੈਗ ਵੀ ਭਰਾਓ ਦਾ ਪਾਇਆ, ਰੋਟੀ ਗਰਮ ਹੋ ਗਈ,
ਨਹੀਂ ਉਹ ਰੋਟੀ ਰੋਟੀ ਗਰਮ ਹੋ ਕੇ ਠੰਡੀ ਹੋ ਜਾਂਦੀ ਉੱਥੇ ਕੋਈ ਚਾਈਨਾ ਸ਼ਹਿਰ ਹੋਣਾ ਇੰਗਲੈਂਡ ਚ ਕੋਈ ਗੱਲ ਨੀ ਮਰਿਆਦਾ ਵੀ ਰਹੀ ਮਰਿਆਦਾ ਵੀ ਰਹੀ ਆਹ ਵੀ ਲੱਗੇ ਇਹਦਾ ਰੋਟੀ ਗਰਮ ਹੋ ਗਈ ਰੋਟੀ ਖਾ ਲਾ ਗਰਮ ਹੋ ਗਈ ਇੰਗਲੈਂਡ ਵਾਲੀ ਯਾਰ ਚਾਈਨਾ ਦੀ ਨਿਕਲੀ ਦੁਬਾਰਾ ਬੋਲੀ ਦੁਬਾਰਾ ਕੀ ਕਹਿੰਦਾ ਹਰਸ਼ ਕੀ ਕਹਿੰਦਾ ਕੀ ਕਹਿੰਦਾ ਕਾਹਦੇ ਵਾਸਤੇ ਹੁਣ ਦੱਸੀ ਮਾੜਾ ਆ ਪੁੱਤ ਹੁਣ ਇੰਨੀਆਂ ਮਿਹਨਤਾਂ ਕਰਾਊਂਗਾ ਨਾ ਜਿੰਨੀਆਂ ਪਹਿਲਾਂ ਕਰਾਉਂਦਾ ਸੀ ਨਾ ਪਰਫਿਊਮ ਦੇ ਪਰਫਿਊਮ ਨੂੰ ਛੱਡ ਤੂੰ ਥੋੜੀ ਜਿਹੀ ਸਟੋਰੀ ਭਰ ਗਈ ਤਾਂ ਵੀਡੀਓ ਬੰਦ ਹੋ ਗਈ ਸੀ ਚੱਲ ਸਾਹਿਲ ਕੰਟੀਨਿਊ ਹਾਂਜੀ ਤਾਂ ਫਿਰ ਜਿੱਦਾਂ ਵੇਟ ਮੈਂ ਕਿੱਥੇ ਸੀਗਾ ਕਿਡਨੀ ਵੇਚਣੀ ਸੀ ਆਪਾਂ ਹਾਂ ਤੇ ਆਪਾਂ ਜਿੱਦਾਂ ਕਿ ਨਵੇਂ ਤੋਂ ਨਵੇਂ ਕੰਟੈਂਟ ਲਈ ਆਪਾਂ ਕਿਡਨੀ ਵੀ ਵੇਚ ਸਕਦੇ ਹਾਂ ਮਤਲਬ ਇਹਨਾਂ ਲਈ ਜਾਨ ਹਾਜ਼ਰ ਆ ਆਡੀਅੰਸ ਲਈ ਹਾਂਜੀ ਆਡੀਅੰਸ ਲਈ ਜਾਨ ਹਾਜ਼ਰ ਡੋਰ ਹੈ ਨਹੀਂ ਤੇ ਆ ਡੋਰ ਹੈ ਨਹੀਂ ਉਹ ਵਿੱਟੀ ਜਾਂਦਾ ਨਾਲੇ ਪਤੰਗ ਢਾਵਾਂਗੇ ਤੇ ਜਿੱਦਾਂ ਕਿ ਕਾਈਟ ਫਲਾਈਂਗ ਵਾਲਾ ਸਾਡਾ ਆਉਣਾ ਆ ਬਲੌਗ ਨਿਊ ਲੁਧਿਆਣੇ ਵਿੱਚ ਉਹ ਲਈ ਡੋਰ ਲਪੇਟਣੀ ਸੀਗੀ ਲਪੇਟਣੀ ਡੋਰ ਤਿਆਰ ਹੋ ਰਹੀ ਆ ਪਤੰਗ ਪਤੰਗ ਅਸੀਂ ਲੁੱਟ ਲੈਣੇ ਆ ਪਤੰਗ ਅਸੀਂ ਲੁੱਟ ਲੈਣੇ ਆ ਕੰਟੈਂਟ ਕੰਟੈਂਟ ਪੂਰਾ ਘੈਂਟ ਆਊਗਾ ਹਾਂਜੀ ਜਿੱਦਾਂ ਕਿੱਦਾਂ ਕਿ ਮੈਨੂੰ ਇਧਰੋਂ ਕਿਸੇ ਕੁੜੀ ਨੇ ਲਾਈਕ ਕੀਤੀਆਂ ਆ ਰੀਲਾਂ ਰੂਲਾਂ ਬੰਦ ਕਰ ਆਂਟੀ ਜੀ ਦੇਖਿਆ ਮੂੰਹ ਆਈ ਗਿਆ ਨਾ ਸੱਚ ਉਹ ਯਾਰ ਦੇਖ ਲੁੱਕ ਇੰਨੀ ਖਰੀ ਹੈ ਨਾ ਕੁੜੀਆਂ ਆਪਣੇ ਆਪ ਹੀ ਯਾਰ ਚੈੱਕ ਕਰਦੀਆਂ ਲੁੱਕ ਦਿਖਾਈ ਇਹ ਮੂੰਹ ਤੇ ਲੁੱਕ ਪੈਣ ਵਾਲੀ ਹੋਈ ਆ ਫੋਨ ਨਵਾਂ ਲੈ ਲਿਆ ਚੋਰੀ ਹੋ ਗਿਆ ਸੀ ਫੋਨ ਯਾਰ ਜਿੱਦਾਂ ਮਰਜੀ ਆ ਉਹਨਾਂ ਦਾ ਤਾਂ ਵਧੀਆ ਹੀ ਆ ਉਹਨਾਂ ਨੂੰ ਦੇਖਣ ਥੋੜਾ ਲੱਗਦਾ ਉਹ ਸ਼ਕਲ ਹੋਈ ਚੋਰ ਲੱਗਦਾ ਸੀ ਫੋਨ ਉਹ ਪਹਿਲਾਂ ਹੀ ਚੋਰੀ ਦਾ ਲੱਗਦਾ ਸੀ ਹੋਰ ਮੈਂ ਕੀ ਕਹਿਣਾ ਸੀਗਾ ਤੁਹਾਨੂੰ ਤੂੰ ਕੁਛ ਨਾ ਕਹਿ ਠੰਡ ਬਹੁਤ ਮੂੰਹ ਬੰਦ ਰੱਖ ਅੰਦਰੇ ਗਲੇ ਨੂੰ ਹਵਾ ਲੱਗ ਜਾਊਗੀ ਠੰਡੀ ਮਿੱਤਰੋ ਦੇਖੋ ਖੂਨ ਦੀ ਕਮੀ ਸੀਗੀ ਮੇਰੇ ਵਿੱਚ ਥੋੜੀ ਬਹੁਤੀ ਪਹਿਲਾਂ ਆਉਣ ਤੋਂ ਪਹਿਲੇ ਕੁਛ ਮੋਟਰਸਾਈਕਲ ਚਲਾ ਕੇ ਖੂਨ ਪੂਰਾ ਹੋ ਗਿਆ ਮੋਟਰਸਾਈਕਲ ਚਲਾ ਕੇ ਮੇਰਾ ਖੂਨ ਵੀ ਪੂਰਾ ਹੋ ਗਿਆ ਹੱਥ ਲਾਲ ਹੋ ਗਏ ਹਰਸ਼ਣੀ ਕੁਰਬਾਨੀ ਦੇਣ ਲੱਗੇ ਮੋਟਰਸਾਈਕਲ ਚਲਾਉਣ ਲੱਗੇ ਆ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਕਿੰਨੇ ਕਿੰਨੇ ਆ ਪੈਸੇ ਦੀ ਟੈਨਸ਼ਨ ਸਾਹਿਲ ਹੁਣਾਂ ਵੱਲੋਂ ਟਿੱਕੀ ਪਲੇਟ ਸਾਹਿਲ ਤੇਰੇ ਵੱਲੋਂ ਨਾ ਦੇਖਦਾ ਨੀ ਪਿਆ ਅੱਖ ਚ ਅੱਖ ਨੀ ਮਿਲਾਉਂਦੇ ਮੇਰੀ ਸੁਣ ਗੱਲ ਪੈਸੇ ਤੂੰ ਦੇਣੇ ਇਹਨੂੰ ਕਹਿੰਦਾ ਸਨੈਪ ਪਾਈਏ ਤਾਂ ਸਿਰ ਬਹੁਣ ਲੱਗ ਪਿਆ ਬਸ ਕਰ ਬਸ ਕਰ ਮੋਟਰਸਾਈਕਲ ਪਤਾ ਨੀ ਕਾਹਦੇ ਨੀ ਚਲਾਉਂਦੇ ਕਾਹਦੇ ਨੀ ਚਲਾਉਂਦੇ ਯਾਰ ਮੋਟਰਸਾਈਕਲ ਇੰਨਾ ਮਜ਼ਾ ਆਉਂਦਾ ਮੋਟਰਸਾਈਕਲ ਚਲਾਉਣ 'ਚ ਤਾਂ ਵੀ ਨਹੀਂ ਚਲਾਉਂਦੇ ਤੁਹਾਨੂੰ ਮੈਂ ਮੌਕਾ ਦਿੰਦਾ ਚਲਾਉਣ ਦਾ ਮੋਟਰਸਾਈਕਲ ਚਲਾਇਆ ਕਰੋ ਫਿਰ ਜੇ ਮੇਰੇ ਤਬੇਲੇ ਥੱਲੇ ਗੱਡੀ ਹੈਗੀ ਨਾ ਫਿਰ ਕਹੋਗੇ ਫੜਾ ਮੈਂ ਕਹਿੰਦਾ ਮੋਟਰਸਾਈਕਲ ਚਲਾਉਂਦੇ ਨਹੀਂ ਸੀ ਪਤੰਦਰੋ ਹੁਣ ਤੁਹਾਨੂੰ ਮੈਂ ਗੱਡੀ ਦਊਂਗਾ ਇਸ ਕਰਕੇ ਮੇਰਾ ਕਹਿਣਾ ਮੰਨਿਆ ਕਰੋ ਠੀਕ ਹੈ ਮੇਰਾ ਹਲੇ ਵੀ ਦਿਲ ਏਦਾਂ ਦਾ ਕਰਦਾ ਜਦੋਂ ਨਾ ਮੈਂ ਪੁਲਿਸ ਵਾਲਾ ਦੇਖਿਆ ਨਾਲ ਹੀ ਮੈਂ ਮੋੜ ਲਿਆ ਮੋਟਰਸਾਈਕਲ ਚਲੋ ਬਚ ਗਏ ਬਾਬਾ ਜੀ ਥੈਂਕ ਯੂ ਮਿੱਤਰੋ ਸਾਨੂੰ ਸਿਨੇਮੇ ਨੇ ਆਵਾਜ਼ ਮਾਰ ਹੀ ਲਈ ਪਰ ਇਸੇ ਦੀ ਫਿਲਮ ਦੇਖਣ ਨਹੀਂ ਆਏ ਜਦੋਂ ਨਿਗਮਾ ਨਾ ਕਹਿੰਦਾ ਨਾ ਫਿਰ ਗੇਮ ਦਾ ਜੇਤਾ ਨਹੀਂ ਹੋਣਾ ਸੀ ਇਹਨੇ ਇਹਨੂੰ ਪਤਾ ਨਹੀਂ ਕੀ ਕਹਿੰਦਾ ਸਾਨੂੰ ਉੱਥੇ ਚੱਲੀਏ ਇਹ ਕਹਿੰਦਾ ਨਿਗਮਾ ਚੱਲੀਏ ਚਲੋ ਚੱਲੀਏ ਇਹ ਕਹਿਣਾ ਕਿਸੇ ਹੋਰ ਸੀ ਇਹਨੇ
ਉਹ ਜੋ ਰੱਬ ਕਰਦਾ ਚੰਗੇ ਲਈ ਕਰਦਾ। ਮੈਂ ਬਲੌਗ ਸ਼ੁਰੂ ਕੀਤਾ ਪਤਾ ਸੈੱਟ ਬੰਦ ਤੂੰ ਵੀ ਚੱਲ ਭਰਾਵਾ ਤੇਰੀ ਥੋੜੀ ਵੀਡੀਓ ਬਣਾਉਣ ਲੱਗੇ ਅਸੀਂ। ਫਾਈਨਲੀ ਅਸੀਂ ਬਹੁਤ ਦਿਨਾਂ ਬਾਅਦ 8 ਬੂਲ ਖੇਲਣ ਚੱਲੇ ਆ। ਘਰੋਂ ਤਾਂ ਅਸੀਂ ਮਨ ਬਣਾ ਕੇ ਆਏ ਸੀ ਅਸੀਂ ਪੜ੍ਹਨ, ਘਰੋਂ ਤਾਂ ਅਸੀਂ ਮਨ ਬਣਾ ਕੇ ਅਸੀਂ ਪੜ੍ਹਨ ਜਾਣਾ ਆ। ਬਹੁਤ ਬਹੁਤ ਚੀਜ਼ਾਂ ਮਿਸ ਕਰਨ ਦਿਆ ਕਰਾਵਾ ਯਾਰ ਕਿੰਨੀ ਰਾਹ ਆ ਵੰਗ ਘਰੋਂ। ਮੈਂ ਸੋਚ ਗਿਆ ਸੀ ਮੈਂ ਕਿਹਾ ਪਹਿਲਾਂ ਦਿਨ ਆ, ਪਹਿਲੇ ਦਿਨ ਜਾਵਾਂਗੇ ਪੜ੍ਹਾਂਗੇ ਹੈ ਨਾ, ਕੋਈ ਕਾਪੀ ਬਣਾਵਾਂਗੇ। ਜੇ ਮੈਂ ਹਰ ਵਾਰ ਇਹੀ ਸੋਚਦਾ ਮੈਂ ਕਿਹਾ ਨਵਾਂ ਸਮੈਸਟਰ ਚੜੂਗਾ ਮੈਂ ਸਾਰਾ ਕੰਮ ਕਰਨਾ, ਉਹ ਕੰਮ ਕਰਦੇ ਘਰੋਂ ਦੇ ਪੇਪਰ ਆਇਆ ਤੇ ਪਤਾ ਨੀ ਲੱਗਦਾ। ਮੋਸ਼ਨ ਨੂੰ ਮਰੋੜਾ ਦਾ ਦੇ ਮਾੜਾ ਜਿਹਾ ਅੰਕਲ ਜੀਬਾਂ ਕੱਢਦਾ। ਮੈਂ ਤਾਂ ਹੱਥ ਸਾਈਨ ਮੈਂ ਤੈਨੂੰ ਕਹਿੰਦਾ ਭਾਜੀ ਵੀ ਆਰ ਠੀਕ ਕਰਾਓ, ਅਸਲ ਤਾਂ ਸਹੇਲੀ ਬਣੇ ਨੀ ਕੀ ਉਹ ਤਾਂ ਵਰਚੁਅਲ ਵਰਲਡ ਸੀ ਬਣ ਜਾਵੇ। ਹੱਥ ਕਿੱਥੇ ਗਿਆ ਮੂਤ ਗਿਆ ਆ ਬੰਦਾ ਸਾਡਾ ਮੂਤ ਗਿਆ ਹੀ ਆਉਂਦੇ ਆ। ਮਾੜਾ ਜਿਹਾ ਗਾਈਸ ਫੋਨ ਚਾਰਜ ਲਾ ਦਈਏ ਫਿਰ ਰੀਲਾਂ ਵੀ ਸ਼ੂਟ ਕਰਨੀਆਂ। ਸਾਡਾ ਸਵਾਗਤ ਹੈ ਕਾਹਦਾ ਵਿਨਰ ਕੱਲਾ ਸੋਲੋ ਸਬੂਤ ਦੱਸ ਗਈ ਆ। ਮੈਂ ਤਾਂ ਬਲੌਗ ਬਣਾਇਆ ਹੀ ਨੀ ਤਾਂ ਹੀ ਨੀ ਮੈਂ ਬਣਾਇਆ, ਮੈਨੂੰ ਪਤਾ ਹੀ ਆਪਾਂ ਹਾਰ ਜਾਣਾ। ਉਹ ਹੱਥ ਨੀ ਗਰਮ ਹੋਇਆ ਸੀ ਨਾ ਠੰਡੇ ਬਹੁਤ, ਮੋਟਰਸਾਈਕਲ ਚਲਾਏ ਨਾ ਤਾਂ ਕਰਕੇ ਨਾ ਹੱਥ ਫੜਨ 'ਚ ਨਹੀਂ ਆਉਂਦਾ। ਘਾਟਾ ਨਗਰ ਆਏਗਾ ਯਾਰ ਡਰਾਈਵ ਬੈਟ ਵਾਲ ਖੇਲਦਾ ਮੈਂ ਕੋਸਾ ਹੋਈ ਮੁਰੇ ਆ ਤੂੰ ਕੋਸਾ ਤੂੰ ਵੀ ਖੇਲ ਲੈਣਾ ਤੈਨੂੰ ਕਹਿੰਦੇ ਭਾਰੀ ਦੇਤੀ ਮੇਰੇ ਨਾਲ ਮਾਰਦੀ ਮਗਰ ਕਾਲੀ ਪੈਣ ਲੱਗੀ ਸੀ ਇਹਦਾ ਖੇਲ ਸ਼ੁਰੂ ਤੇ ਖਤਮ ਹੋ ਜਾਣਾ ਸੀ ਇਹ ਤੁਸੀਂ ਕਹਿਣਾ ਸ਼ੁਰੂ ਤੇ ਖਤਮ ਹੋ ਗਿਆ ਚੱਲ ਤੂੰ ਤਾਂ ਡੰਡਾ ਹੀ ਮਿਲੀ ਜਾਂਦਾ ਗਰਮ ਕਾਹਦਾ ਡੰਡਾ ਤੂੰ ਮੇਰੀਆਂ ਬੋਲਾਂ ਨਾ ਖੇਡੀ ਜਾਂਦਾ ਬਾਰੀ ਮੇਰੀ ਆ ਥੱਪੜ ਕੋਈ ਨਾ ਉਹ ਨਾ ਛੋਟੇ ਛੋਟੇ ਟੇਬਲਾਂ ਤੇ ਵੱਡੀ ਵੱਡੀ ਗੱਲਾਂ ਹੁੰਦੀਆਂ ਰਹਿੰਦੀਆਂ ਚੱਲ ਮੇਰੀ ਵਾਰੀ ਧੋਖਾ ਕਰ ਜਾਂਦੇ ਆ ਇਹ ਮੈਨੂੰ ਦਿੰਦੇ ਨੀ ਵਾਰੀ ਮੈਂ ਵੀਡੀਓ ਬਣਾਉਣ ਚ ਬੀਜੀ ਆ ਲੈ ਓ ਆ ਪੜ ਤਾ ਇਹ ਪੜ ਮਾਰ ਥੱਪੜ ਪੈਣੇ ਪਿੱਛੇ ਡਰਾਈ ਬੈਠੇ ਵੱਡਾ ਨੰਬਰ ਆ ਛੋਟਾ ਛੋਟਾ ਚਲੋ ਫਿਰ ਛੋਟੇ ਆਦੇ ਹੋ ਜਾਓ ਆਹ ਦੋਨੇ ਨੂੰ ਬੰਦੇ ਤਾਂ ਵੀ ਜਿੱਤਣਾ ਮੈਂ ਹੀ ਆ ਆਪਣੀ ਹੱਥ ਦਾ ਵਾਲਾ ਗੀਟੀ ਜਿੱਦਾਂ ਪਿਛਲੇ ਰਾਜਾਈ ਦੋ ਪਾਈਆਂ ਸੀ ਇੱਕ ਗੇੜੀ ਪਾ ਲਈ ਹੁਣ ਕਾਲੀ ਰਹਿ ਗਈ ਆ ਇਹ ਨੀ ਪੈਣੀ ਦੇਖਿਆ ਕਿਹਾ ਸੀ ਨਾ ਇਹ ਇਹ ਆ ਫੜ ਜਾ ਰੱਖ ਆ ਫੜ ਲਾ ਲੈਂਦੇ ਹਾਂ ਯਾਰ
ਰਹਿਣਾ ਤਾਂ ਤਾਂ ਵੀ ਫਿੱਟੇ ਲਾਣ ਦੇ ਹੀ ਆ ਬਸ ਆ ਫੜ ਮੈਂ ਫੜ ਗੇਮ ਖਾਤਾ ਇੱਕ ਮਿੰਟ ਫੜੋ ਇਹਨੂੰ ਤੂੰ ਪਾ ਕੇ ਦੇਖ ਲਾ ਤੂੰ ਬਾਲਾ ਕੱਬੀ ਬਹੁਤ ਬਹੁਤ ਮੁਬਾਰਕ ਆ ਇੱਕ ਸਾਹਿਲ ਜਿੱਤ ਗਿਆ ਉਹਦਾ ਤੁਹਾਡੇ ਕੋਲ ਕੋਈ ਸਬੂਤ ਨੀ ਇੰਨਾ ਸਾਡੇ ਕੋਲ ਅਸੀਂ ਜਿੱਤੇ ਆ ਤੁਹਾਡੇ ਕੋਲ ਸਾਰੇ ਅਸੀਂ ਵੀਡੀਓ ਦਿਖਾਈ ਤੁਹਾਨੂੰ ਬਹੁਤ ਤਗੜੀ ਰੋਂਦਾ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਆ ਰੋਂਦਾ ਕੌਣ ਸੀ ਤੁਸੀਂ ਦੇਖਿਆ ਹੀ ਆ ਸਬੂਤ ਦੇਖਿਆ ਹੀ ਆ ਤੁਸੀਂ ਕੌਣ ਰੋਂਦਾ ਸੀ ਲੋ ਜੀ ਮਿੱਤਰੋ ਗੇਮ ਗੂਮ ਖੇਲ ਕੇ ਆ ਚੁੱਕੇ ਆ ਸਾਡਾ ਸਮਾਂ ਪੂਰਾ ਹੋ ਚੁੱਕਾ ਸੀ ਆਹ ਕਿੱਦਾਂ ਚਮਕੇ ਕਿਵੇਂ ਮਾਰਦੀ ਵੀ ਪੈਸੇ ਬਰਬਾਦ ਪੈਸੇ ਬਰਬਾਦ ਕਿਆ ਦੋ ਵਾਰੀ ਜਿੱਤ ਗਿਆ ਮਾਮਾ ਤੂੰ ਪੈਸੇ ਬਰਬਾਦ ਪਹਿਲੀ ਵਾਰ ਜ਼ਿੰਦਗੀ ਜਿੱਤਿਆ ਤੂੰ ਕਹਿੰਦਾ ਪੈਸੇ ਬਰਬਾਦ ਲੋਹੜੀ ਮੰਗਦੇ ਆ ਇਹ ਕੋਈ ਮੰਗਦਾ ਤਰੀਕ ਜੇ ਕੋਈ ਤਰੀਕਾ ਭੀਖ ਮੰਗਣੇ ਕਾ ਲੋਹੜੀ ਦੇ ਨਾਂ ਦੇ ਲੋਕੀ ਭੀਖ ਮੰਗਦੇ ਮਰਿਆਦਾ ਮੇਰਾ ਹੀ ਮਿੱਤਰੋ ਕਿਉਂ ਨੀ ਆਉਣਾ ਪਾ ਦੇਣਾ ਵਿੱਚ ਮੈਂ ਅੱਜ ਦਾ ਵਲੌਗ ਇੱਥੇ ਸਮਾਪਤ ਆ ਤੇ ਤੁਹਾਨੂੰ ਕਾਈਟ ਵਲੌਗ ਚ ਮਿਲਦੇ ਆ ਸਾਹਿਲ ਕਹਦੇ ਇਹਨਾਂ ਨੂੰ ਕਾਈਟ ਵਲੌਗਸ ਕਾਈਟ ਵਲੌਗਸ ਕੀ ਕਰਨਾ ਪੈਣਾ ਉਹਦੇ ਲਈ ਕੀ ਕਰਨਾ ਪੈਣਾ ਸਬਸਕ੍ਰਾਈਬ ਯੇ ਵੀ ਕੋ ਮੇਰਾ ਭਰਾ ਅਰਸ਼ੂ ਦਾ ਗੁੰਡਿਆਂ ਦਾ ਗੁੰਡਾ ਉਹਦਾ ਉਹ ਮੇਰਾ ਮੁੰਡਾ ਯੇ ਯੇ ਵੀ ਕੋ ਬਸ ਕੌਣ ਮੇਰੇ ਨਾਲ ਹੱਥ ਲਾ ਲੂੰ ਜਦ ਮੇਰੇ ਨਾਲ ਖੜਾ ਆ ਮੇਰਾ ਰਮਨ ਭਰਾ ਯੇ ਵੀ ਕੋ ਵੀ ਕੋ ਯੇ ਵੀ ਕੋ ਉਹ ਬਣ ਗਿਆ ਬਸ ਕਰ ਪਿਆ ਯੇ ਯੇ ਅਰਸ਼ੂ ਦੇ ਗੁੰਡੇ ਦੇ ਗੁੰਡਾ ਮੇਰਾ ਮੁੰਡਾ ਯੇ ਵੀ ਕੋ ਚਲ ਫਿਰ ਹੁਣ ਬਾਏ ਬਾਏ ਕਰ ਦਈਏ ਅਰਸ਼ ਕਹਿੰਦਾ ਕਰਦੇ ਖਤਮ ਹੋਇਆ ਟੂ ਜੈਡ ਚਲੋ ਫਿਰ ਠੀਕ ਹੈ ਰਾਈਟ ਵਲੌਗ ਚ ਮਿਲਦੇ ਆ।